ਗੁਰੂ ਰੂਪਿਆਰੀ ਸਾਤਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਪਾਈ ਵੀਰ ਸਿੰਘ ਜੀ ਨੇ ਇੱਕ ਥਾਈਂ ਦਰਸਾਇਆ ਹੈ ਕਿ ਜਿਹੜੇ ਭੋਲੇ-ਪਾਲੇ ਆਉਂਦੇ ਹਨ ਜਿਨ੍ਹਾਂ ਨੂੰ ਅਸੀਂ ਅਨਪੜ੍ਹ ਕਹਿੰਦੇ ਹਾਂ ਉਹ ਕਿਵੇਂ ਇੱਕ ਵਾਰੀ ਸੁਣ ਕੇ ਨਾਮ ਵਿੱਚ ਲੱਗ ਪੈਂਦੇ ਹਨ ਬੜੀ ਸੋਹਣੀ ਸਿੱਖਿਆਦਾਇਕ ਸਾਖੀ ਹੈ ਉਹ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ करिए ਜੀ ਵਿਆਖਿਆ ਪੜਿਆਂ ਵਾਸਤੇ ਕਰਨੀ ਪੈਂਦੀ ਹੈ ਮਤਲਬ ਦੀ ਗੱਲ ਤਾਂ ਸਿਰਫ ਇੱਕੋ ਹੀ ਹੈ ਕਿ ਵਾਹਿਗੁਰੂ ਹੈ ਇਹ ਸਦਾ ਯਾਦ ਰਵੇ ਲੁਧਿਆਣੇ ਦੇ ਲਾਗੇ ਹੀ ਕੋਈ 6-7 ਮੀਲਾਂ ਦੀ ਵਿੱਥ ਤੇ ਇੱਕ ਪਿੰਡ ਹੈ ਕੁਝ ਬਰਸ ਹੋਏ ਇੱਥੇ ਇੱਕ ਜੱੜ ਜ਼ਿਮੀਦਾਰ ਗੁਰੂ ਦੇ ਪ੍ਰੇਮ ਰੰਗ ਵਿੱਚ ਮੁਸਕਿਆ ਸੀ ਉਸ ਦੀ ਬੜੀ ਪ੍ਰਸਿੱਧੀ ਤੇ ਮਾਨਤਾ ਸੀ ਲੋਕ ਦੂਰੋਂ ਦੂਰੋਂ ਦਰਸ਼ਨਾਂ ਨੂੰ ਆਉਂਦੇ ਸਨ ਸੀ ਉਹ ਅਨਪੜ੍ਹ ਉਸ ਨੂੰ ਨਾਮ ਦੀ ਰੰਗਣ ਇੱਕ ਰੰਤ ਤੇ ਸਾਧੂ ਤੋਂ ਲੱਗੀ ਸੀ ਉਹ ਏਉਂ ਕਿ ਇੱਕ ਦਿਨ ਉਹ ਆਪਣਾ ਖੂਗੇੜ ਰਿਆ ਸੀ ਬਲਦ ਹਰਟ ਨੂੰ ਚਲਾ ਰਹੇ ਸਨ ਤੇ ਇਹ ਪਿੱਛੇ ਗਾਦੀ ਤੇ ਬੈਠਾ ਇਹਨਾਂ ਨੂੰ ਆਕ ਰਿਹਾ ਸੀ ਗਰਮੀ ਦੇ ਦਿਨ ਸੰ ਕਿ ਇੱਕ ਸਾਈਂ ਨਾਮ ਰਤਾ ਸਾਧੂ ਉਹ ਦੇ ਖੂਤਿਆਂ ਨਿਕਲਿਆ ਸਾਧੂ ਜਟਵਲ ਮੂੰਹ ਕਰਕੇ ਕਹਿਣ ਲੱਗਾ ਭਾਈ ਮਿਤਰਾ ਪਾਣੀ ਤਾਂ ਪਿਲਾ ਸਾਈਂ ਤੇਰਾ ਪਾਲਾ ਕਰੇ ਪਿਆਸਾ ਹਾ ਜਟ ਨੇ ਖੜੋ ਕੇ ਨਮਸਕਾਰ ਕੀਤੀ ਫਿਰ ਵਿਚਾਰਿਆ ਸਾਧੂ ਹੈ ਇਸ ਨੂੰ ਫੋਕਾ ਪਾਣੀ ਕੀ ਪਿਲਾਵਾਂ ਖੂ ਤੇ ਗਾਂ ਤਾਂ ਬਜੀ ਹੀ ਹੈ ਹੋਵੇ ਨਾ ਤਾਂ ਇਸ ਨੂੰ ਦੁੱਧ ਦੀ ਲੱਸੀ ਹੀ ਕਰ ਦੇਵਾਂ ਇਹ ਸੋਚ ਕੇ ਉਸਨੇ ਚਾਬ ਨਾਲ ਗਾਂ ਚੋਈ ਦੁੱਧ ਕਢਿਆ ਤੇ ਇੱਕ ਟਿੰਡ ਵਿੱਚ ਪਾ ਲੱਸੀ ਬਣਾ ਕੇ ਸਾਈ ਫਕੀਰ ਦੇ ਅੱਗੇ ਚਾਹ ਧਰੀ ਫਕੀਰ ਪਰਸਨ ਹੋ ਗਿਆ ਅਸੀਸ ਦਿੱਤੀ ਤੇ ਕਹਿਣ ਲੱਗਾ ਚੌਧਰੀ ਤੈਨੂੰ ਕਿਵੇਂ ਪਤਾ ਸੀ ਕਿ ਮੈਂ ਭੁੱਖਾ ਵੀ ਹਾਂ ਪਾਣੀ ਮੰਗਿਆ ਸੀ ਤੂੰ ਕੱਚੀ ਲੱਸੀ ਕਰਕੇ ਪਿਲਾ ਦਿੱਤੀ ਜਟ ਨੇ ਉੱਤਰ ਦਿੱਤਾ ਆਪ ਰੱਬ ਦੇ ਸਾਈ ਫਕੀਰ ਹੋ ਮੇਰੇ ਪਾਸ ਜੋ ਸੀ ਹਾਜ਼ਰ ਕਰ ਦਿੱਤਾ ਹੈ ਇਹ ਸੁਣ ਕੇ ਫਕੀਰ ਵਿਸਮਾਦ ਰੰਗ ਵਿੱਚ ਆ ਗਿਆ ਤੇ ਕਹਿਣ ਲੱਗਾ ਵਾਹ ਵਾਹ ਤੇਰੇ ਪਾਸ ਜੋ ਤੂੰ ਚੰਗੀ ਚੀਜ਼ ਸਮਝੀ ਅਰਬ ਦਿੱਤੀ ਸਾਡੇ ਪਾਸ ਜੋ ਸਭ ਤੋਂ ਚੰਗੀ ਚੀਜ਼ ਹੈ ਅਸੀਂ ਤੈਨੂੰ ਦਿੰਦੇ ਹਾਂ ਕਹੋ ਵਾਹਿਗੁਰੂ 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 ਜਟ ਨੇ ਰਸਨਾ ਨਾਲ ਕਿਆ ਵਾਹਿਗੁਰੂ 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 ਬਸ ਕਹੀ ਚਲੇ ਇਸ ਤਰ੍ਹਾਂ ਵਾਹਿਗੁਰੂ ਤੇ ਦੇਖ ਰੰਗ ਵਾਹਿਗੁਰੂ ਸਾਈਂ ਦੇ ਕਿ ਇਸ ਵਾਹਿਗੁਰੂ ਵਾਹਿਗੁਰੂ ਨੂੰ ਕੀ ਫਲ ਲੱਗਦੇ ਹਨ ਹਾਂਜੀ ਫਿਰ ਦੋਰਾ ਦਿੱਤੀ ਫਕੀਰ ਪਰਸਨ ਹੋ ਗਿਆ ਸੀ ਅਸੀਸ ਦਿੱਤੀ ਤੇ ਕਹਿਣ ਲੱਗਾ ਚੌਧਰੀ ਤੈਨੂੰ ਕਿਵੇਂ ਪਤਾ ਸੀ ਕਿ ਮੈਂ ਭੁੱਖਾ ਵੀ ਹਾਂ ਪਾਣੀ ਮੰਗਿਆ ਸੀ ਤੂੰ ਕੱਚੀ ਲੱਸੀ ਕਰਕੇ ਪਿਲਾ ਦਿੱਤੀ ਜਟ ਨੇ ਉੱਤਰ ਦਿੱਤਾ ਆਪ ਰੱਬ ਦੇ ਸਾਈ ਫਕੀਰ ਹੋ ਮੇਰੇ ਪਾਸ ਜੋਸੀ ਹਾਜ਼ਰ ਕਰ ਦਿੱਤਾ ਹੈ ਇਹ ਸੁਣ ਕੇ ਫਕੀਰ ਵਿਸਮਾਦ ਰੰਗ ਵਿੱਚ ਆ ਗਿਆ ਤੇ ਕਹਿਣ ਲੱਗਾ ਵਾਹ ਵਾਹ ਤੇਰੇ ਪਾਸ ਜੋ ਤੂੰ ਚੰਗੀ ਚੀਜ਼ ਸਮਝੀ ਅਰਬ ਦਿੱਤੀ ਸਾਡੇ ਪਾਸ ਜੋ ਸਭ ਤੋਂ ਚੰਗੀ ਚੀਜ਼ ਹੈ ਅਸੀਂ ਤੈਨੂੰ ਦੇਂਦੇ ਹਾਂ ਕਹੋ ਵਾਹਿਗੁਰੂ 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 ਜੱਟ ਨੇ ਰਸਨਾ ਨਾਲ ਕਿਹਾ ਵਾਹਿਗੁਰੂ 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 ਫਕੀਰ ਨੇ ਕਿਹਾ ਬਸ ਕਹੀ ਚਲ ਇਸ ਤਰ੍ਹਾਂ ਵਾਹਿਗੁਰੂ ਤੇ ਦੇਖ ਰੰਗ ਵਾਹਿਗੁਰੂ ਸਾਈਂ ਦੇ ਕਿ ਇਸ ਵਾਹਿਗੁਰੂ ਵਾਹਿਗੁਰੂ ਨੂੰ ਕੀ ਫਲ ਲੱਗਦੇ ਹਨ ਇਹ ਕਹਿ ਕੇ ਫਕੀਰ ਤਾਂ ਚਲਾ ਗਿਆ ਤੇ ਇਹ ਜੱਟ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ ਉਸ ਨੂੰ ਹੋਰ ਗੱਲਾਂ ਵਿਸਰ ਗਈਆਂ ਇੱਕ ਵਾਹਿਗੁਰੂ ਨਾਮ ਦੀ ਰਟ ਲਾ ਬੈਠਾ ਦਿਨ ਰਾਤ ਇਹੀ ਜਾਪ ਕਰੀ ਜਾਵੇ ਕੁਝ ਸਮੇਂ ਦੇ ਬਾਅਦ ਪਿੰਡ ਵਾਲਿਆਂ ਨੇ ਦੇਖਿਆ ਕਿ ਮੂੰਹ ਜੋ ਕਹਿੰਦਾ ਹੈ ਸੱਚ ਹੋ ਜਾਂਦਾ ਹੈ ਹੋਰ ਲੋਕ ਤਾਂ ਖੇਤਾਂ ਵਿੱਚ ਹਲ ਵਾਉਂਦੇ ਸੁਹਾਗਾ ਦੇਂਦੇ ਤੇ ਨਦੀਨਾ ਕੱਢਦੇ ਹਨ ਇਹ ਇਵੇਂ ਹੀ ਮਾਮੂਲੀ ਜਿਹਾ ਖੇਤ ਵਾਹ ਕੇ ਵਾਹਗਰੂ ਵਾਹਗਰੂ ਕਰਦਾ ਖੇਤਾਂ ਵਿੱਚ ਬੀਜ ਕੇਰ ਦਿੰਦਾ ਹੈ ਪਰ ਇਸ ਦੀ ਖੇਤੀ ਹੋਰਨਾਂ ਨਾਲੋਂ ਬਹੁਤ ਫਲਦੀ ਤੇ ਅਨਾਜ ਪੈਦਾ ਕਰਦੀ ਹੈ ਹਾਂਜੀ ਫਿਰ ਦੁਹਰਾ ਦੇਈ ਉਸ ਨੂੰ ਹੋਰ ਗੱਲਾਂ ਵਿਸਰ ਗਈਆਂ ਇੱਕ ਵਾਹਿਗੁਰੂ ਨਾਮ ਦੀ ਰਟ ਲਾ ਬੈਠਾ ਦਿਨ ਰਾਤ ਇਹੀ ਜਾਪ ਕਰੀ ਜਾਵੇ ਕੁਝ ਸਮੇਂ ਦੇ ਬਾਅਦ ਪਿੰਡ ਵਾਲਿਆਂ ਨੇ ਦੇਖਿਆ ਕਿ ਮੂੰਹੋਂ ਜੋ ਕਹਿੰਦਾ ਹੈ ਸੱਚ ਹੋ ਜਾਂਦਾ ਹੈ ਹੋਰ ਲੋਕ ਤਾਂ ਖੇਤਾਂ ਵਿੱਚ ਹਲ ਵਾਉਂਦੇ ਸੁਹਾਗਾ ਦਿੰਦੇ ਤੇ ਨਦੀਨਾ ਕੱਢਦੇ ਹਨ ਇਹ ਐਵੇਂ ਹੀ ਮਾਮੂਲੀ ਜਿਹਾ ਖੇਤ ਵਾਹ ਕੇ ਵਾਹਿਗੁਰੂ ਵਾਹਿਗੁਰੂ ਕਰਦਾ ਖੇਤਾਂ ਵਿੱਚ ਬੀਜ ਕੇੜ ਦਿੰਦਾ ਹੈ ਪਰ ਇਸ ਦੀ ਖੇਤੀ ਹਰਨਾਨਾ ਲੋ ਬਹੁਤ ਫਲ ਦੀਆਂ ਅਨਾਜ ਪੈਦਾ ਕਰਦੀ ਹੈ ਇਸ ਦੀ ਸਨੇ ਸਨੇ ਲਾਗੇ ਦੇ ਪਿੰਡਾਂ ਵਿੱਚ ਚਰਚਾ ਹੋ ਗਈ ਲੋਕ ਇਸ ਪਾਸ ਮਨੋਤਾ ਮੰਨਣ ਆਉਣ ਲੱਗ ਪਏ ਇਹ ਜੋ ਸੈਸ ਮਬੂਲ ਦੇਵੇ ਹੋ ਜਾਵੇ ਵਾਕ ਸਿੱਧੀ ਫਰਾਈ ਆਖਿਰ ਇਹ ਵਾਹਿਗੁਰੂ ਵਾਹਿਗੁਰੂ ਜਪਣ ਵਿੱਚ ਇਨਾ ਮਸਤ ਹੋ ਗਿਆ ਕਿ ਇਸ ਨੇ ਆਪਣੇ ਘਰ ਵੀ ਜਾਣਾ ਛੱਡ ਦਿੱਤਾ ਖੂਤੇ ਬੈਠਾ ਰਹੇ ਤੇ ਵਾਹਿਗੁਰੂ ਵਾਹਿਗੁਰੂ ਦੀ ਰਟ ਲਗਾਈ ਰੱਖੇ ਇੱਕ ਦਿਨ ਪਿੰਡ ਦਾ ਨੰਬਰਦਾਰ ਆਇਆ ਤੇ ਉਸ ਨੂੰ ਕਹਿਣ ਲੱਗਾ ਭਾਈ ਤੂੰ ਕੀ ਇੱਥੇ ਕਰ ਰਿਹਾ ਹੈ ਤੇਰੀ ਘਰ ਵਾਲੀ ਨੂੰ ਤਾਂ ਤੇਰੇ ਭਰਾ ਨੇ ਆਪਣੇ ਘਰ ਪਾ ਲਿਆ ਹੈ ਇਸ ਨੇ ਸੁਣਿਆ ਤੇ ਮੁਸਕਰਾਇਆ ਤੇ ਕਹਿਣ ਲੱਗਾ ਭਾਈ ਇਸ ਬਲਾ ਤੋਂ ਤਾਂ ਮੇਰੇ ਮਾਂ ਜਾਇ ਭਰਾ ਨੇ ਹੀ छुड़ाਣਾ ਸੀ ਨਾ ਇਹ ਉਪਕਾਰ ਹੋਰ ਕਿਸ ਨੇ ਕਰਨਾ ਸੀ ਇਹ ਸੁਣ ਕੇ ਨੰਬਰਦਾਰ ਹੈਰਾਨ ਰਹਿ ਗਿਆ ਜੱਟ ਤਾਂ ਤ੍ਰਿਮਤ ਵਾਸਤੇ ਕਤਲ ਕਰ ਦਿੰਦੇ ਹਨ ਤੇ ਇਸ ਨੇ ਜ਼ਰਾ ਵੀ ਬੁਰਾਈ ਨਹੀਂ ਮਨਾਇਆ ਸਗੋਂ ਸ਼ੁਕਰ ਕਰ ਰਿਹਾ ਹੈ ਅਗਨ ਨਿਵਾਰੀ ਸਤਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਜਦੋਂ ਦੀ ਇਹ ਵਾਰਤਾ ਹੈ ਉਦੋਂ ਪੰਡਤ ਈਸ਼ਰ ਸਿੰਘ ਜੀ ਬੜੇ ਮਸ਼ਹੂਰ ਵਿਦਵਾਨ ਹੋਏ ਹਨ ਆਪ ਨਿਰਮਲ ਸੰਸਨ ਤੇ ਚਾਰੇ ਵੇਦਾਂ ਦੇ ਵਕਤਾ ਸਨ ਗੁਰਮੁਖ ਸਨ ਗੁਰੂ ਘਰ ਦੇ ਸ਼ਰਧਾਲੂ ਸਨ ਭਾਰਤ ਵਿੱਚ ਸਾਰੇ ਸਾਧੂ ਸੰਸਾਰ ਵਿੱਚ ਆਪ ਮੰਨੇ ਪਰਮੰਨੇ ਸਨ ਕਹਿੰਦੇ ਹਨ ਆਪ ਜੀ ਨੂੰ ਮਹਾਰਾਜਾ ਨਾਭਾ ਹੀਰਾ ਸਿੰਘ ਜੀ ਨੇ ਇੱਕ ਵਾਰੀ 1 ਲੱਖ ਰੁਪਏ ਭੇਟ ਕਰਨਾ ਚਾਹਿਆ ਆਪ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਜਦ ਸਰਦਾਰਾਂ ਨੇ ਅਸrar ਕੀਤਾ ਕਿ Swami Ji ਉਹ ਪਰਵਾਨ ਕਰ ਲਵੋ ਕਿਸੇ ਧਰਮ ਕਾਰਜ ਵਿੱਚ ਲੱਗ ਜਾਏਗਾ ਮਹਾਰਾਜਾ ਹੀਰਾ ਸਿੰਘ ਵਰਗਾ ਇਸ ਸਮੇਂ ਮੁਲਕ ਵਿੱਚ ਕੋਈ ਦਾਨੀ ਨਹੀਂ ਹੈ ਅਬ ਜਲਾਲ ਵਿੱਚ ਆ ਗਏ ਤਾਂ ਕਹਿਣ ਲੱਗੇ ਤਾਂ ਈਸ਼ਰ ਸਿੰਘ ਵਰਗਾ ਕੋਈ ਵਿਰਕਤ ਸਾਧੂ ਵੀ ਨਹੀਂ ਹੈ ਜੇ ਹਰ ਦੁਆਰ ਤੋਂ ਨਾਬੇ ਤੱਕ ਹੀ ਹੀਰਾ ਸਿੰਘ ਅਸ਼ਰਫੀਆਂ ਦੀ ਸੜਕ ਵੀ ਬਣਾ ਦੇਵੇ ਤਾਂ ਉਸ ਵੱਲ ਈਸ਼ਰ ਸਿੰਘ ਤੱਕੇਗਾ ਵੀ ਨਹੀਂ ਇਨਾ ਪੰਡਤ ਈਸ਼ਰ ਸਿੰਘ ਹੋਰਾਂ ਪਾਸ ਕਿਸੇ ਨੇ ਉਸ ਜੱਟ ਦਾ ਜ਼ਿਕਰ ਕੀਤਾ ਕਿ ਕਿਵੇਂ ਲੁਧਿਆਣੇ ਲਾਗੇ ਪਿੰਡ ਵਿੱਚ ਇੱਕ ਜੱਟ ਮੁਸ਼ਕਿਆ ਹੈ ਵਾਹਿਗੁਰੂ ਵਾਹਿਗੁਰੂ ਦੀ ਰਟ ਲਾਈ ਰੱਖਦਾ ਹੈ ਬਗੈਰ ਬਹੁਤ ਹਲਵਾਹੇ ਜਾਂ ਸੁਹਾਗਾ ਦਿੱਤੇ ਦੇ ਖੇਤੀ ਬਾਕੀਆਂ ਨਾਲੋਂ ਚੰਗੀ ਵਰਡ ਲੈਂਦਾ ਹੈ ਤੇ ਜੋ ਮੂੰਹ ਤੋਂ ਕਹਿੰਦਾ ਹੈ ਸੱਚ ਹੋ ਜਾਂਦਾ ਹੈ ਪੰਡਿਤ ਈਸ਼ਰ ਸਿੰਘ ਜੀ ਸੁਣਦੇ ਰਹੇ ਜਦ ਉਸਨੇ ਦੱਸਿਆ ਕਿ ਇਸ ਦੀ ਘਰ ਵਾਲੀ ਇਸ ਦੇ ਭਰਾ ਨੇ ਘਰ ਪਾ ਲਈ ਤੇ ਜਦ ਇਸ ਨੂੰ ਪਤਾ ਲੱਗਾ ਤਾਂ ਇਹ ਭਰਾ ਨਾਲ ਲੜਿਆ ਨਹੀਂ ਸਗੋ ਕਹਿਣ ਲੱਗਾ ਇਸ ਬਲਾਤੋਂ ਮੇਰੇ ਮਾਂ ਜਾਏ ਭਰਾ ਨਹੀਂ ਛੁਡਾਣਾ ਸੀ ਹੋਰ ਇਹ ਉਪਕਾਰ ਕੌਣ ਕਰਦਾ ਤਾਂ ਪੰਡਤ ਹੋਰੀ ਅश्चਰਜ ਹੋ ਗਏ ਤੇ ਉਸ ਪਿੰਡ ਜਾ ਕੇ ਉਸ ਦੇ ਦਰਸ਼ਨ ਕਰਨ ਦੀ ਸਲਾਹ ਪੱਕੀ ਕਰ ਲਈ ਆਪ ਆ ਕੇ ਮਿਲੇ ਤਾਂ ਜੋ ਸੁਣਿਆ ਸੀ ਠੀਕ ਸਹੀ ਕੀਤਾ ਆਪ ਉਸ ਜੱਟ ਨੂੰ ਕਹਿਣ ਲੱਗੇ ਭਾਈ ਤੂੰ ਵਾਹਿਗੁਰੂ ਵਾਹਿਰੂ ਕਿਉਂ ਕਰਦਾ ਹੈ ਜੱਟ ਨੇ ਕਿਹਾ ਮੇਰੇ ਮੁਰਸ਼ਿਦ ਨੇ ਦੱਸਿਆ ਸੀ ਸੋ ਕਰੀ ਜਾਂਦਾ ਹਾਂ ਮੈਨੂੰ ਕੀ ਪਤਾ ਮੈਂ ਕਿਉਂ ਕਰਦਾ ਹਾਂ ਪੰਡਤ ਜੀ ਨੇ ਪੁੱਛਿਆ जे तू वगुरू वाहेगुरू करना छद देवे तो की हो जट बेहबल हो के कह लगा जे मैं वाहगुरू वाहगरू करना छड़ा तो मैं मरदा हाँ हाँ जी फिर दोहरा दे आप उस जट न कह लगे कि भाई तू वगुरु वाहेगुरू क्यों करदा है जट ने कहा मेरे मुरशद ने यह दसिया जाता हाँ मैनू की पता मैं क्यों करदा हाँ ਪੰਡਤ ਜੀ ਨੇ ਪੁੱਛਿਆ ਜੇ ਤੂੰ ਵਾਹਿਗੁਰੂ ਵਾਹਿਗੁਰੂ ਕਰਨਾ ਛੱਡ ਦੇਵੇਂ ਤਾਂ ਕੀ ਹੋਵੇ ਜਟ ਬੇਬਲੋ ਕੇ ਕਹਿਣ ਲੱਗਾ ਜੇ ਮੈਂ ਵਾਹਿਗੁਰੂ ਵਾਹਿਗੁਰੂ ਕਰਨਾ ਛੱਡਾਂ ਤਾਂ ਮੈਂ ਮਰਦਾ ਹਾਂ ਮੇਰੇ ਪ੍ਰੀਤਮਾ ਹਉ ਜੀਵਾ ਨਾਮ ਤੇ ਆਏ ਬਿਨ ਨਾਮ ਹੈ ਜੀਵਣ ਨਾ ਥੀਏ ਮੇਰੇ ਸਤਗੁਰ ਨਾਮ ਦਰੜਾਏ ਇਹ ਜਵਾਬ ਸੁਣ ਕੇ ਪੰਡਤ ਈਸ਼ਰ ਸਿੰਘ ਜੀ ਨੇ ਜਟ ਨੂੰ ਨਮਸਕਾਰ ਕੀਤੀ ਵਾਹਿਗੁਰੂ ਨਾਮ ਜਪਣ ਵਾਲੇ ਦਾ ਏਉਂ ਜੀਵਨ ਆਧਾਰ ਬਣ ਜਾਂਦਾ ਹੈ ਬ੍ਰਹਮ ਗਿਆਨੀ ਕੈ ਨਾਮ ਆਧਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ